24 ਛੇ ਨੂੰ ਜਿਹੜੀ ਆ ਕਮਲੇਸ਼ ਕੌਰ ਜਿਹੜੀ ਦੁਰਲੱਭ ਨਗਰ ਦੀ ਰਹਿਣ ਵਾਲੀ ਸੀ, ਉਸਦੇ ਘਰ ਦੇ ਵਿੱਚ ਜਿਹੜੇ ਦੋ ਜਵਾਨ ਗਏ ਸੀ, ਜਿਨ੍ਹਾਂ ਦਾ ਨਾਂ ਸੀ ਇੰਦਰਜੀਤ ਅਤੇ ਦੂਜੇ ਦਾ ਨਾਂ ਸੀ ਕਰਤਾਰ ਸਿੰਘ। ਇਹ ਦੋਨੇ ਮਛੂਵਾੜੇ ਦੇ ਰਹਿਣ ਵਾਲੇ ਸੀ। ਇਹ ਕਹਿੰਦਾ ਤੀਜਾ ਸਾਥੀ ਜਿਹੜਾ ਬਾਹਰ ਰਾਜ ਕਰ ਰਿਹਾ ਸੀ ਉਹ ਅਮਨ ਨਾਂ ਦਾ ਸੀ। ਇਹ ਪਲੰਬਰ ਦਾ ਨਾਂ ਲੈ ਗਿਆ ਉੱਥੇ ਮਾਤਾ ਜਿਹੜੀ ਸਨੀ ਓਲਡ ਏਜ ਲੇਡੀ ਕੋਲ ਗਏ ਆ ਘਰੇ। ਉਹ ਘਰੇ ਜਾਣ ਤੋਂ ਬਾਅਦ ਮਾਤਾ ਨੂੰ ਕੁਰਸੀ 'ਤੇ ਇਹਨਾਂ ਨੇ ਕੱਪੜੇ ਨਾਲ ਬੰਨ੍ਹ ਦਿੱਤਾ ਅਤੇ ਮਾਤਾ ਦਾ ਜਿਹੜਾ ਮੂੰਹ ਵੀ ਬੜਾ ਹੀ ਬੁਰੀ ਤਰ੍ਹਾਂ ਬੰਨ੍ਹ ਦਿੱਤਾ ਸੀ। ਉਸ ਤੋਂ ਬਾਅਦ ਮਾਤਾ ਦੇ ਘਰੋਂ ਜਿਹੜੇ ਸੋਨੇ ਦੇ ਕੁਛ ਗਹਿਣੇ ਅਤੇ ਪੈਸੇ ਠੋਕ ਲੈ ਗਏ ਸੀ। ਲੁੱਟ ਦੀ ਵਾਰਦਾਤ ਨੂੰ ਇਹਨੇ ਅੰਜਾਮ ਦਿੱਤਾ ਹੈ। ਇਸ ਤੋਂ ਬਿਨਾਂ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵਾੜਕਾ ਇੱਕ ਮਾਤਾ ਦੀ ਜਿਹੜੀਆਂ ਵਾਲੀਆਂ ਖੂਹੀਆਂ ਸੀ, ਜਿਹਦੇ ਸੰਬੰਧੀ ਆਲਰੇਡੀ ਪਰਚਾ ਵੀ ਸਾਡੇ ਕੋਲ ਦਰਜ ਹੈ 379 ਵੀ ਦਾ। ਇਹ ਸੰਗੀਨ ਜੁਰਮਾਂ ਨੂੰ ਦੇਖਦੇ ਹੋਏ ਸਾਡੇ SSP ਸਾਹਿਬ ਮੈਡਮ ਅਮਨੀਤ ਕੁੰਡਲ ਜੀ ਨੇ ਅਤੇ SPD ਸਾਡੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਾਡੇ ਬੜਾ ਇਹਨੂੰ ਸੀਰੀਅਸ ਲੈਂਦੇ ਹੋਏ ਸਾਡੀਆਂ 3 ਟੀਮਾਂ ਜਿਹੜੀਆਂ ਖੰਡਾਲੇ ਥਾਣੇ ਦੀਆਂ ਬਣਾਈਆਂ ਸੀ। ਅਸੀਂ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸੀ ਬੇਸ 'ਤੇ ਇਹਨਾਂ ਜਿਹੜੇ ਮੁਲਜ਼ਮਾਂ ਨੂੰ, ਦੋ ਮੁਲਜ਼ਮਾਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ, ਇੱਕ ਨੂੰ ਸਮਰਾਲੇ ਤੋਂ ਗ੍ਰਿਫਤਾਰ ਕੀਤਾ। ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਉਹ ਮਾਤਾ ਦੇ ਜਿਹੜੀਆਂ ਨੇ ਮਾਲੀਆਂ ਲੁੱਟੀਆਂ ਸੀ ਅਤੇ ਕੁਛ ਪੈਸੇ ਲੁੱਟੇ ਸੀ, ਉਹ 14,000 ਰੁਪਇਆ ਅਤੇ ਦੋਨੇ ਮੁਕੱਦਮਿਆਂ ਦੀਆਂ ਵਾਲੀਆਂ ਜਿਹੜੀਆਂ ਦੋ ਜੋੜੇ ਵਾਲੀਆਂ ਦੇ, ਜਿਹੜਾ ਚਾਂਦੀ ਦੇ ਕੰਗਨ ਵਗੈਰਾ ਉਹ, ਇਸ ਤੋਂ ਬਿਨਾਂ ਜਿਹੜਾ ਇੱਕ ਲੈਪਟੋਪ ਚੋਰੀ ਕੀਤਾ ਹੋਇਆ ਸੀ, ਮੋਬਾਈਲ ਇੱਕ ਹੋਰ ਲੇਬਰਮੈਨ ਦਾ ਹੋਇਆ ਸੀ, ਸਾਈਕਲ ਅਤੇ ਇਨਵਰਟਰ ਵੀ ਦੋ ਜਗ੍ਹਾ ਤੋਂ ਚੋਰੀ ਕੀਤੇ ਸੀ। ਅਤੇ ਨਵਾਂਸ਼ਹਿਰ ਰਾਹੋਂ ਅਤੇ ਔਡ ਏਰੀਏ ਵਿੱਚ ਘੱਟੋ ਘੱਟ 10 ਜਿਹੜੀਆਂ ਧਾਰਮਿਕ ਜਗ੍ਹਾ ਚੋਰੀਆਂ ਕੀਤੀਆਂ ਸੀ। ਇਹ ਚੀਜ਼ਾਂ ਅਸੀਂ ਜਿਹੜੀਆਂ ਦੂਜੀਆਂ ਰਿਕਵਰ ਕਰ ਲਈਆਂ। ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14 ਮੁਕੱਦਮੇ ਸਾਡੇ ਜਿਹੜੇ ਚੋਰੀਆਂ ਦੇ ਆ ਉਹ ਸਾਡੇ ਹੱਲ ਹੋਏ। ਇਹਨਾਂ ਦੇ ਕੋਲ ਜਿਹੜਾ ਕਿਰਪਾਨ, ਦਾਤਰ ਤੇ ਇੱਕ ਰੌਡ ਜਿਹੜੀ ਆ ਬਰਾਮਦ ਕੀਤੀ ਗਈ। ਇਹਨਾਂ ਤੋਂ ਪਹਿਲਾਂ ਇੱਕ ਦੋ ਮੁਕੱਦਮੇ ਦਰਜ ਹੈ। ਪਹਿਲਾਂ ਇਹਦਾ ਰਿਮਾਂਡ ਲਿਆ ਜਿਹੜੀ ਪੁੱਛਗਿੱਛ ਪ੍ਰਤੀਤ ਫਰਦਰ ਜਿਹੜੀ ਗੋਇੰਗ ਆਉਣ ਹੈ, ਹੋਰ ਵੀ ਜਿਹੜੀ ਆ ਇਹਨਾਂ ਤੋਂ ਗੁਰਗਬਰੀ ਹੋਣ ਦੀ ਸੰਭਾਵਨਾ।